ਕਿੱਦਾਂ ਫਿਰ? ਵਧੀਆ ਵਧੀਆ, ਤੁਸੀਂ ਸੁਣਾਓ? ਠੀਕ ਠਾਕ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਚੱਲ ਆ ਜਾਓ, ਤੁਸੀਂ ਤੇ ਬਹਿ ਜਾਓ, ਸੁਣੋ ਵੀ ਤੁਸੀਂ। ਨਹੀਂ ਨਹੀਂ ਤੁਸੀਂ ਬਹੁਤ ਵੱਡਾ ਇੱਥੇ ਕੀ ਕੰਮ ਆ? ਇੱਧਰ ਆ ਜਾਓ ਸ਼ਾਮੇ ਜੀ, ਇੱਥੇ ਮੜੀ ਜੀ ਨਾ, ਧੁੱਪ ਪੈਂਦੀ ਆ। ਠੀਕ, ਤੁਸੀਂ ਟਾਈਮ ਹੀ ਬੜਾ ਲਾਤਾ ਤੇ ਆਉਣ ਲੱਗਿਆ। ਟਾਈਮ ਪਹਿਲਾਂ ਇੱਧਰ ਨੂੰ ਆਉਣ ਲੱਗੇ ਤੇ ਅੱਗੇ ਲੱਗਾ ਸੀ ਨਾਕਾ ਆ ਕਾਲਜ ਦੇ ਗੇਟ ਅੱਗੇ, ਫਿਰ ਉੱਤੋਂ ਦੀ ਘੁੰਮ ਕੇ ਆਉਣਾ ਪਿਆ ਸਾਰਾ ਹੀ। ਠੀਕ, ਕਦੋਂ ਦੀ ਵੇਟ ਕਰਨ ਦੇ? ਉਹਦਾ ਫਿਰ ਮੂੰਹ ਬਣ ਜਾਂਦਾ ਨਾ, ਤੁਹਾਨੂੰ ਪਤਾ ਵਾ। ਉਹ ਕਹਿੰਦੀ ਬਸ ਮੈਂ ਘਰ ਜਾਣਾ ਘਰ ਜਾਣਾ, ਛੇਤੀ ਕਾਹਲੀ ਪਈ ਸੀ ਉਹਨੂੰ ਵੀ, ਬਸ ਦਾ ਟਾਈਮ ਨਹੀਂ ਹੋਣ ਵਾਲਾ। ਉਹ ਚੱਲ ਸਮਝਾ ਦੇਣਾ ਸੀ ਵੀ 10 ਮਿੰਟ ਹੀ ਲੱਗਣੇ ਆ। ਮੈਂ ਤੇ ਕਿਹਾ ਸੀ ਤੁਹਾਨੂੰ ਪਤਾ ਉਹ ਕਿੱਥੇ ਮੰਨਦੀ ਹੈ। ਇੱਥੇ ਵੇਖੋ ਲੋਕੇਸ਼ਨ ਕਿੰਨੀ ਵਧੀਆ, ਫੋਟੋਆਂ ਖਿੱਚੀਏ। ਫੋਟੋਆਂ ਵੀ ਖਿੱਚਦੇ ਆ ਵੈਸੇ, ਆ ਅੱਜ ਤੇ ਲੋਕੇਸ਼ਨ ਵੀ ਤੇ ਮੌਸਮ ਵੀ ਵਧੀਆ ਵਾ, ਗਰਮੀ ਉਦਾਂ ਇੰਨੀ ਹੁੰਦੀ ਆ, ਪਰ ਅੱਜ ਠੀਕ ਆ। ਤੁਹਾਨੂੰ ਹੀ ਨਹੀਂ ਲੱਗਣ ਡਈ? ਮੈਨੂੰ ਤਾਂ ਨਹੀਂ ਲੱਗਣ ਡਈ, ਮੈਂ ਤੇ ਅੱਗੇ ਆਉਂਦੇ ਆ ਕਹਿਣ ਡਿਆ ਸੋਨੂੰ ਨੂੰ ਵੀ ਅੱਜ ਤੇ ਲੱਗਣ ਡਿਆ ਇਹਦਾ ਏਸੀ ਲੱਗਾ। ਕਿੱਥੇ ਏਸੀ ਲੱਗਾ, ਵੇਖੋ ਕਿੰਨੀ ਗਰਮੀ ਆ। ਚਲੋ ਫੋਟੋਆਂ ਖਿੱਚੀਏ ਫਿਰ, ਮੇਰੇ ਖਿੱਚਦੇ ਆ ਫੋਟੋਆਂ ਵੀ। 10 ਮਿੰਟ ਬਹਿ ਜਾਓ, ਤੁਹਾਡੇ ਫੋਨ 'ਚ ਖਿੱਚਣੀ ਆ? 2-4 ਮੇਰੇ 'ਚ ਖਿੱਚ ਲੈਨੇ ਆ। ਚਲੋ ਫਿਰ ਤੁਹਾਡੇ ਫੋਨ 'ਚ ਖਿੱਚ ਲੈਨੇ ਆ। ਉੱਥੇ ਖਿੱਚਦੇ ਆ ਸਗੋਂ, ਉੱਥੇ ਲੋਕੇਸ਼ਨ ਪਹਿਲਾਂ 2 ਸੈਲਫੀਆਂ ਲੈ ਲਈਏ, ਬ੍ਰਾਈਟਨੈਸ ਵਧਾ ਲਓ ਨਾ, ਵਧੀਆ ਹੁੰਦੀ। ਉੱਥੇ ਖਿੱਚੀਏ, ਹਾਂ ਉੱਥੇ ਸਗੋਂ ਜ਼ਿਆਦਾ ਵਧੀਆ ਹੁੰਦੀ ਆ। ਨਹੀਂ ਇੱਥੇ ਠੀਕ ਆ। ਹਾਏ ਹਾਏ, ਮੋਟੇ ਦਿਮਾਗ ਵਾਲੀ, ਇਹਨੂੰ ਬੰਦਾ ਕਿੰਨਾ ਕੁ ਸਮਝਾਈ ਜਾਊਗਾ। ਫੋਟੋਆਂ ਖਿਚਾਉਣ ਦੀ ਉਹਦੇ ਨਾਲ ਹੁਣੇ ਲੜਾਈ ਹੋ ਗਈ ਨਾ, ਫਿਰ ਕਹਿੰਦੀ ਮੇਰੀ ਜੇ ਲੜਾਈ ਹੋ ਜਾਏ ਤੇ ਉਹ ਬੜਾ ਗੁੱਸਾ ਕਰਦਾ ਵਾ ਤੇ ਧਮਕੀਆਂ ਦਿੰਦਾ ਮੈਨੂੰ, ਆਉਂ ਕਰ ਦੇਣਾ ਜੋ ਕਰ ਦੇਣਾ। ਇਹ ਨਾ ਫੋਟੋਆਂ ਫਿਰ ਚੁੱਕ ਕੇ ਪਾਊਗਾ ਨੈੱਟ ਤੇ, ਪਰ ਇਹਨੂੰ ਕੌਣ ਸਮਝਾਏ। ਸੁੱਖ ਚੱਲੀਏ, ਮੈਂ ਕਿਹਾ ਟਾਈਮ ਹੋਣ ਡਿਆ ਈ ਓ, ਬਹਿ ਜਾ 5 ਮਿੰਟ ਜਾਂਦੇ ਆ, ਬਸ ਲੰਘ ਜਾਣੀ ਆ। ਸਿਰਫ ਕਹਿ ਦੇਗਾ, ਮੈਂ ਕਹਿ ਤੇ ਨਹੀਂ ਇਹਨੂੰ, 10 ਮਿੰਟ ਰੁਕ ਜਾ। ਕਹਿ ਤਾਂ ਇਹਨੂੰ ਇੱਕ ਬੜੀ ਕਾਲੀ ਪਈ ਜਾਣ ਦੀ। ਇਹ ਕਿੱਦਾਂ ਫੋਟੋਆਂ ਖਿੱਚਣ ਦੇ ਆ, ਜਿੱਦਾਂ ਇਹ ਆਖਰੀ ਹੁੰਦੀਆਂ, ਮੁੜ ਕੇ ਨਹਾਉਣਾ ਹੀ ਨਹੀਂ ਇੱਥੇ। ਇੱਕ ਗਰਮੀ ਨੇ ਸਾੜਿਆ, ਉੱਤੋਂ ਮੈਂ ਇਹਦੇ ਲਵੇਵੇ ਛੱਡ ਜਾਣਾ ਜ਼ਿਆਦਾ। ਉਹ ਕੁੜੀ ਵਿਚਾਰੀ ਹੈ, ਉਹਨੇ ਉੱਦਾਂ ਮਰ ਜਾਣਾ ਅਤੇ ਖਲੋਤੀ ਖਲੋਤੀ ਨਹੀਂ ਲੱਗਦਾ, ਇਹਦੀ ਵੀ ਕਵਰ ਇੱਥੇ ਬਣਾਉਣੀ ਪੈਣੀ। ਚੰਗੇ ਘਰ ਦੀ ਲੱਗਦਾ, ਇਹਨੂੰ ਸਮਝਾਉਣਾ ਪੈਣਾ ਵੀ ਤੂੰ ਤਾਂ ਟਾਈਮ ਬਣਾ ਲਿਆ ਕਰ। ਇਹ ਪਿੰਡ ਦੀ ਜਿੱਦਾਂ ਗਾਰਡ ਹੁੰਦੀ ਹੈ ਇਹਦੀ, ਇਹਨਾਂ ਦੀਆਂ ਤਾਂ ਹੁਣ ਸਾਮਾਂ ਬੰਨੇ ਆ, ਇਹਨਾਂ ਕਿੱਥੇ ਜਾਣਾ। ਇਹਨੂੰ ਹੀ ਕਹਿੰਦਾ ਭਰਾ ਤੂੰ ਕਿਤੇ ਬੱਸ ਬੁੱਸ ਲੱਭ ਤੇ ਜਾ, ਐਵੇਂ ਇੱਥੇ ਨਾ ਮਕਾਲੀ ਸਾਹ। ਹਾਏ ਇਹ ਕਿੱਧਰ ਆਈ ਜਾਂਦਾ ਹਾਂ, ਇਹਦੇ ਨਾਲ ਨਾਲ ਮੈਨੂੰ ਵੀ ਸਿਆਪੇ ਪੈਣੇ ਕੋਈ ਕਰ। ਮਨਪ੍ਰੀਤ ਤੂੰ ਇੱਥੇ ਕੰਡੀ ਆ? ਮੈਂ ਕੋ ਨਹੀਂ, ਮੇਰੇ ਬੱਸ ਆਉਣ 'ਚ ਟਾਈਮ ਹੀ ਸੀਗਾ ਨਾ, ਅਤੇ ਇਹ ਕਹਿੰਦੀ ਮੈਂ ਜਾਣਾ ਵਾ ਉੱਥੇ, ਅਤੇ ਫਿਰ ਮੈਂ ਆ ਗਈ ਨਾਲ ਹੀ। ਵੀਰ ਅੱਬਲ ਤੇ ਮੈਂ ਕਿਸੇ ਕੁਛ ਹੁੰਦਾ ਨਹੀਂ ਆ, ਹੁਣ ਜੇ ਕਹਿ ਹੀ ਦਿੱਤਾ ਤੇ ਮੈਂ ਤੈਨੂੰ ਸਲਾਹ ਦਵਾਂ, ਹਾਂਜੀ ਤੂੰ ਬੱਸ ਬੁੱਸ ਫੜ ਕੇ ਤੇ ਟਾਈਮ ਨਾਲ ਚੱਲ ਜਾ ਕਰ, ਇਹਦੇ ਨਾਲ ਕੱਲ੍ਹ ਹੀ ਸਿਰਕ ਪਈ ਕਰਦੀ ਨਹੀਂ ਫਿਰਦੀ ਰਹਿੰਦੀ। ਮੇਰੀ ਵੀ ਮਜਬੂਰੀ ਆ ਨਾ, ਜਦੋਂ ਬੱਸ ਜਿਹੜੀ ਆਉਣੀ ਆ ਨਾ ਉਹਦੇ ਟਾਈਮ ਨਾਲ ਮੇਰੇ ਡੈਡੀ ਨੇ ਅੱਗੋਂ ਮੈਨੂੰ ਲੈਣ ਆਉਣਾ ਵਾ, ਉਹ ਤੋਂ ਪਹਿਲਾਂ ਉਹਨਾਂ ਦਾ ਫਿਰ ਟਾਈਮ ਨਹੀਂ ਹੁੰਦਾ, ਤੇ ਤਾਂ ਕਰਕੇ ਮੈਂ ਕਿਹਾ ਚੱਲ ਇੱਥੇ ਬਹਿ ਕੇ ਨਗਾ ਲੈਨੇ, ਬੱਸ ਸਟੈਂਡ ਵੀ ਬੜੀ ਮੁਸ਼ਕਲ ਹੋ ਜਾਂਦੀ ਆ। ਉਧਰ ਵੇਖ ਕੀ ਬਣ ਰਿਹਾ, ਤੂੰ ਮੈਨੂੰ ਕੁੜੀ ਚੰਗੇ ਘਰ ਦੀ ਲੱਗਣੀ ਆ, ਤੇਰੇ ਘਰਦਿਆਂ ਨੂੰ ਕਿਤੇ ਪਤਾ ਲੱਗ ਗਿਆ ਨਾ, ਇਹਨਾਂ ਦੀਆਂ ਫੋਟੋਆਂ ਵੇਖ ਲਈਆਂ ਤੇ ਤੂੰ ਵੀ ਥਾਪੜੀ ਜਾਣਾ ਹੀ ਨਾਲ। ਮੈਂ ਤੈਨੂੰ ਬੜਾ ਸਮਝਾਉਣ ਦੀ ਆ, ਇਹਦੇ ਵੀ ਘਰ ਦੇ ਬੜੇ ਗੁੱਸੇ ਵਾਲੇ, ਤੁਹਾਨੂੰ ਪਤਾ ਕਿੰਨੇ ਤੇ ਇਹਦੇ ਭਰਾ ਵਾ ਉੱਥੇ, ਚਾਚੇ ਦਾ ਇਹਦਾ ਕੋਈ ਵੀ ਟੱਕਰ ਜੂ, ਪਰ ਇਹ ਸਮਝਦੀਆਂ ਨਹੀਂ ਆ ਹੁਣ ਕੀ ਬੰਦਾ ਕਰੇ। ਹਾਂ ਤੇ ਇੰਨੇ ਭਰਾ ਵਾ ਤੇ ਇਹਨੂੰ ਮਿਰਜ਼ੇ ਵਾਂਗੂ ਵਡਾਊਗੀ ਕਿ ਐਸੇ ਦਰਖਤ ਦੇ ਥੱਲੇ।
ਉਹ ਤੇ ਹੁਣ ਕੀ ਪਤਾ ਕੀ ਬਣਨਾ ਜੇ ਇਹਨਾਂ ਦਾ। ਇਹਦੇ ਕੋਲ ਤੇ ਤੀਰ ਵੀ ਹੈ ਨਹੀਂ ਹੈ, ਉਹਦੇ ਕੋਲ ਤੇ ਹੈਗੇ ਹੀ ਚੱਲ ਆਸਰਾ ਹੈਗਾ ਸੀ ਉਹਨੂੰ, ਭਾਵੇਂ ਟੁੱਟ ਹੀ ਗਏ ਸੀ ਬਾਅਦ ਚ। ਉਹ ਤੇ ਹੈਗਾ ਵਾ ਹੁਣ, ਪਰ ਹੁਣ ਕੀ ਕਰੇ। ਉਹ ਕਹਿੰਦੀ ਮੇਰੀ ਲਾਈਫ ਵਾ, ਉਦਾਂ ਵੇਖ ਲਾ ਦੀ ਕਿਸਮਤ ਵੇ। ਉਹ ਕੁੜੀ ਕਿੱਡੀ ਸੋਹਣੀ ਹੈ, ਕਿਹੜੇ ਕੰਮਾਂ ਚ ਪਈ ਹੈ। ਹੈਗੀ ਤੇ ਵੀਰ ਬੜੀ ਇੰਟੈਲੀਜੈਂਟ ਵੀ ਆ ਤੇ ਚੰਗੀ ਵੀ ਆ, ਘਰ ਘਰਾਣਾ ਵੀ ਵਧੀਆ ਵਾ, ਪਰ ਪਤਾ ਨਹੀਂ ਜਦੋਂ ਕਹਿੰਦੇ ਨਾ ਮੱਤ ਤੇ ਬੜਦਾ ਪੈ ਜੇ ਤੇ ਖੂਹ ਚ ਪਾਉਣੀ ਇਹੋ ਜਿਹੀ ਇੰਟੈਲੀਜੈਂਟ ਹੀ। ਇੱਜ਼ਤ ਰੋਲਣ ਦੀ ਇੱਥੇ ਬਹਿ ਕੇ ਹੈ ਤੇ ਭਾਵੇਂ ਉਹ ਮੇਰਾ ਯਾਰ ਹੀ ਆ, ਪਰ ਮੈਨੂੰ ਇਦਾਂ ਦੇ ਕੰਮ ਨਹੀਂ ਚੰਗੇ ਲੱਗਦੇ। ਪਤਾ ਨਹੀਂ ਜੇ ਹੁਣ ਕੀ ਕਹਿ ਸਕਦੇ ਕਿਸੇ ਦੇ ਬਾਰੇ। ਤੂੰ ਆਪਣਾ ਵੇਖ, ਤੂੰ ਨਾ ਫਿਰਿਆ ਫਿਰਿਆ ਕਰ ਇਹਦੇ ਨਾਲ, ਨਹੀਂ ਹਟਦੀ ਤੇ। ਨਹੀਂ ਮੈਨੂੰ ਤੇ ਗਲਤੀ ਹੋ ਗਈ ਮੇਰੇ ਕੋਲ, ਮੈਂ ਤਾਂ ਨਹੀਂ ਅੱਗੇ ਤੋਂ ਆਉਂਦੀ ਇਹਦੇ ਨਾਲ। ਇਹ ਕਿਹੜਾ ਵੀ ਜੰਗਲ ਵਾ, ਇੱਥੇ ਕਈ ਆਉਂਦੇ ਜਾਂਦੇ ਆ ਲੋਕ। ਹਾਂਜੀ ਮੈਂ ਤਾਂ ਅੱਗੇ ਕਿਹਾ, ਮੈਂ ਲੱਗਿਆ ਹਸਪਤਾਲ ਵਾ ਕੋਈ ਨਾ ਕੋਈ, ਪਿੰਡ ਦਾ ਵੀ ਆਇਆ ਗਿਆ ਹੁੰਦਾ, ਪਰ ਸਮਝ ਹੀ ਨਹੀਂ ਹੁਣ ਬੰਦਾ ਸਮਝਾਉਣ ਜੋਗਾ ਹੀ ਆ ਹੁਣ ਕੀ ਕਹਿ ਸਕਦਾ। ਮੈਂ ਹੈਗੀ ਕੋਈ ਸ਼ਰਮ ਕਿੱਦਾਂ, ਪ੍ਰੀ ਵੈਡਿੰਗ ਇਹਨਾਂ ਦੀ ਚੱਲਣ ਦੀ ਭਲਾ ਕੀ ਹੁੰਦੀ? ਪ੍ਰੀ ਕਿ ਪ੍ਰੈ, ਮੈਂ ਤਾਂ ਪੜਿਆ ਵੀ ਹੈ ਨਹੀਂ ਕੀ ਹੁੰਦੇ ਇਹਨੂੰ। ਪ੍ਰੀ ਵੈਡਿੰਗ ਹੀ ਕਹਿੰਦੇ। ਕਾਲਜ ਕੋਲਜ ਮੈਨੂੰ ਇੰਨੇ ਸਾਲ ਹੋ ਗਏ ਆ, ਪੜਦਾ ਪੜਦਾ ਰਿਹਾ ਨਹੀਂ ਮੈਂ, ਇੱਥੇ ਕਾਲਜ ਚ ਟਿਕ ਗਿਆ ਉਦੋਂ ਦਾ, ਪਤਾ ਨਹੀਂ ਕਿੰਨੇ ਸਾਲ ਹੋ ਗਏ ਪੱਕਾ ਹੀ। ਆਹੋ ਵੇਖਦੀ ਹੁੰਨੀ ਮੈਂ ਤੁਹਾਨੂੰ ਉੱਥੇ, ਕਿਤੇ ਨਾ ਕਿਤੇ ਦੇਖਦੇ ਹੁੰਨੇ ਆ, ਪਰ ਇਹ ਪੱਕਾ ਡੇਰਾ ਲਾਇਆ ਮੈਂ, ਛੱਡਣਾ ਨਹੀਂ ਜਿੰਨਾ ਚਿਰ ਮੈਨੂੰ ਰੱਬ ਨਹੀਂ ਨਾ ਖੜਦਾ, ਕਾਲਜ ਨਹੀਂ ਛੱਡਣਾ। ਠੀਕ ਹੈ, ਬਾਕੀ ਨੂੰ ਸਮਝਾ ਕੇ ਵੇਖ ਲੈ ਜੇ ਸਮਝਦੀ ਆ ਤੇ। ਵਿੱਚ ਮੈਂ ਤਾਂ ਇਹਨੂੰ ਕਾਫੀ ਵਾਰੀ ਸਮਝਾ ਕੇ ਵੇਖ ਲਿਆ, ਪਰ ਨਹੀਂ ਸਮਝਦੀ, ਪਤਾ ਨਹੀਂ ਕੀ, ਬੜਾ ਹੀ ਭੂਤ ਸਵਾਰ ਹੋਇਆ ਜੇ ਉਹਦਾ। ਵੇ ਲੱਭਣਾ ਇਹਦੇ ਕੋਈ ਬੰਦਾ ਹੀ ਚੰਗਾ ਲੱਭ ਲਈ ਦੀ ਮੁੰਡਾ, ਆ ਸ਼ਹਿਰ 'ਚ ਮੁੰਡੇ ਮਰ ਗਏ ਇਹਦਾ। ਹੈਂ ਕੀ ਹੁਣ ਕਹਿ ਸਕਦੇ ਆ ਕਿ ਇੱਕ ਰੰਗ ਉਦਾਂ ਦਾ, ਇੱਕ ਪੱਗ ਉਦਾਂ ਦੀ ਬਣੀ ਹੁੰਦਾ ਹੀ। ਚਲੋ ਐਵੇਂ ਉਹਨੂੰ ਸੁਣ ਜੂਗਾ ਫੇਰ। ਜੋਗੀ ਬਣ, ਜੋਗੀ ਬਣਿਆ ਇਹ, ਸੱਪ ਫੜਨ ਵਾਲਾ ਲੱਗਦਾ ਕਿ ਨਹੀਂ। ਇਹ ਕੀ ਹਿਸਾਬ ਕਿਤਾਬ ਆ, ਕਿਉਂ ਕੀ ਹੋਇਆ ਇਹ ਕੀ ਦਾ, ਤੈਨੂੰ ਨਹੀਂ ਦੇਖਣ ਡਿਆ ਕੀ ਹੋਇਆ ਵਾ, ਬੜੇ ਹੱਸੇ ਆਉਣ ਡਏ। ਆਹੋ ਇਹ ਗੇਟਮੈਂਟ ਚੱਲ ਪਈ ਲੱਗਦਾ, ਮੈਨੂੰ ਨਵਾਂ ਮੇਲਾ ਲੱਗ ਗਿਆ ਈ ਇੱਧਰ। ਪਤਾ ਨਹੀਂ ਆ, ਤੁਹਾਡੇ ਨਾਲ ਤਾਂ ਬਾਕੀ ਔਖੀ ਰਹਿੰਦੀ ਏ। ਮੈਂ ਤੇ ਹੱਥ ਸੁੱਟਣ ਡਿਆ ਤੇ ਦੂਰੋਂ ਹੀ ਇਦਾਂ ਕਰਤਾ ਵੀ ਸਤਿ ਸ੍ਰੀ ਅਕਾਲ, ਹੁਣ ਤੇ ਉਹ ਵੇਖ ਕੀ ਬਣ ਡਿਆ। ਹਨਾ, ਆਹੋ ਪੁੱਛੀ ਹੈ ਜਾਂ ਪਤਾ ਕਰਦੇ ਗੱਲ, ਇਹਦਾ ਪਤਾ ਤੇ ਕਰੀਏ ਕੀ ਕਹਾਣੀ ਆ। ਸਮਝ ਗਿਆ ਮੈਂ ਜੋ ਤੂੰ ਕਹਿਣ ਡਿਆ ਵਾ। ਆਹੋ ਗੱਲ ਸੁਣ, ਤੂੰ ਹਰ ਵਕਤ ਮੈਂ ਤੁਹਾਨੂੰ ਨੀ ਕਹਿਣ ਡਿਆ, ਮੈਂ ਤੈਨੂੰ ਆਪਣੇ ਮੈਨੂੰ ਕੀ ਕਹਿਣ ਡਿਆ ਤੂੰ, ਤੈਨੂੰ ਬਸ ਗਲਤੀ ਲੱਗਦੇ ਸਾਰੇ। ਤੁਸੀਂ ਤੇ ਬੜਾ ਹੱਸਣ ਡਏ ਸੀ ਦੋਵੇਂ ਜਾਣੇ, ਤੁਸੀਂ ਤੇ ਇਦਾਂ ਲੱਗਣ ਡੇ ਜਿੱਦਾਂ ਚੰਗੀ, ਤੇ ਮੈਨੂੰ ਤੇ ਲੱਗਣ ਡਿਆ ਜਿੱਦਾਂ ਵਾਕਿਆ ਹੀ ਤੁਸੀਂ। ਕੀ ਵਾਕਿਆ? ਮੈਂ ਤੇ ਕਹਿੰਦਾ ਤੂੰ ਸਮਝਦਾ ਵਾ, ਕੀ ਵਾਕਿਆ ਸਮਝਦਾ ਓਏ, ਤੂੰ ਬਾਰ ਬਾਰ ਇੱਕੋ ਗੱਲ ਸਮਝਦਾ ਸਮਝਦਾ। ਆਹੇ ਕੀ ਹੋ ਗਿਆ ਵਾ? ਉਹਨੇ ਭਰਾ ਕਿਹਾ ਮੈਨੂੰ, ਅੱਜ ਤੱਕ ਮੈਂ ਸੁਣਿਆ ਨਹੀਂ ਕਿ ਇੱਕ ਵਾਰ ਭਰਾ। ਤੇ ਮੈਨੂੰ ਪਤਾ ਭਰਾ ਕਿਹਾ ਵਾ, ਹੱਸਣ ਤੇ ਤੁਸੀਂ ਏਡਾਂ ਰਹੇ ਜਿੱਦਾਂ ਇੱਥੇ 10 ਬੰਦੇ ਵੇਖ ਲੈਣ ਤੇ ਕਹਿਣਾ ਵਾਕਿਆ ਹੀ। ਤੂੰ ਆਪਣੇ ਵਰਗਾ ਸਮਝ ਲੈ, ਕਹਾਣੀ ਪੈ ਗਈ, ਕਹਾਣੀ ਪੈ ਗਈ ਮੈਨੂੰ ਅੱਜ ਤੋਂ ਬਾਅਦ ਚ ਨਾ ਕਮਾਈ ਨਾ ਮੈਂ ਤੂੰ ਦਬਾ ਹੋ, ਮੈਂ ਵੀ ਤੇਰੇ ਵਰਗੇ ਯਾਰ ਨਾਲ ਰਹਿਣਾ ਨਹੀਂ ਚਾਹੁੰਦਾ। ਦਬਾ ਨਿਕਲ ਜਾ ਇਥੋਂ, ਚੱਲ ਚੱਲ ਉਹ ਨਾ ਹੁਣ ਯਾਰੀ ਭੁੱਲ ਗਏ ਤੇ ਮੈਂ ਤੇਰਾ ਕਰਦਾ ਕੰਮ ਇੱਥੇ ਹੀ। ਤੂੰ ਤੁਰਨਾ ਕਿ ਨਹੀਂ ਤੁਰਨਾ? ਮੈਂ ਤਾਂ ਉਂਗਲ ਜੀ ਥੱਲੇ ਰੱਖ, ਉਂਗਲ ਜੀ ਉਂਗਲੀ ਥੱਲੇ ਰੱਖ, ਇੱਥੇ ਤੋੜ ਕੇ ਫੜਾ ਦਾਂਗਾ। ਉਹ ਜਾ ਜਾ ਕੰਮ ਕਰ, ਮੈਨੂੰ ਪਤਾ ਕਿੰਨੇ ਆਂਦੀਆਂ ਤੋੜੀਆਂ ਤੂੰ ਅੱਗੇ। ਕੀ ਚਾਹੁੰਦਾ ਤੂੰ? ਕੀ ਕਹਿਤਾ ਜਿਹੜਾ ਉਹਦੀ ਗੱਲ ਪੈਣ ਡਿਆ ਵਾ, ਉਹ ਜਾ ਕੇ ਹੱਸਣ ਤੇ ਬੜਾ ਡਈ ਆ ਪਹਿਲਾਂ ਉਹਦੇ ਨਾਲ। ਉਹ ਤਾਂ ਵੀਰ
ਮੇਰਾ ਸ਼ੱਕ ਕਰਦਾ ਉਹਨੂੰ ਤੂੰ ਕਿਹਾ ਹੋਣਾ ਕੋਲ ਜਾ ਕੇ ਗੱਲ ਪੈਣ ਡਿਆ ਚੱਲ ਆ ਉਹਨਾਂ ਨੂੰ ਕਹਿ ਹਟਾ ਹੁਣ ਉਹ ਮੈਂ ਨੀ ਜਾਣਾ ਉਹਨਾਂ ਨੂੰ ਹਟਾ ਮੈਨੂੰ ਉਧਰ ਗੱਲ ਕਰ ਆ ਕੇ ਬਸ ਹੋਰ ਆਜੂਗੀ ਮੈਨੂੰ ਉਹਨਾਂ ਨੂੰ ਹਟਾ ਲੜਾਈ ਛੱਡ ਵੀ ਤੈਨੂੰ ਮੈਂ ਪਹਿਲਾਂ ਵੀ ਬੜੀ ਵਾਰੀ ਕਿਹਾ ਸੀ ਵੀ ਇਹ ਕਾਲਜ ਚੋਂ ਬੜੇ ਆਏ ਤੇ ਬੜੇ ਗਏ ਤੇ ਮੈਂ ਉੱਥੇ ਦੀ ਉੱਥੇ ਆਂ ਤੇ ਰਹਿਣਾ ਤੂੰ ਵੀ ਨਹੀਂ ਹੋ ਯਾਰ ਉਹਦੇ ਕਰਕੇ ਮੈਂ ਲੜੀ ਜਾਣ ਡਿਆ ਬਸ ਕਰੋ ਗੱਲ ਨਿਬੇੜੋ ਹੁਣ ਤੂੰ ਮੈਨੂੰ ਹੱਥ ਨਾ ਲਾ ਇਹਨੂੰ ਫੜ ਤੂੰ ਲੈ ਜਾ ਇਹਨੂੰ ਕਿਹੜੇ ਹਿਸਾਬ ਨਾਲ ਲਾਇਆ ਮੈਂ ਤੇ ਲੜਾਂ ਦੀ ਗੱਲ ਹਟਾਉਣ ਨਹੀਂ ਵੀ ਬਸ ਕਰੋ ਚਲੋ ਹਟਾਉਣ ਵਾਲੀ ਉਹ ਸੋਨੂ ਸੋਨੂ ਗੱਲ ਕੀ ਹੋਈ ਸੀ ਯਾਰ ਵੇਖ ਲਾ ਅੱਜ ਤੂੰ ਚੰਗੀ ਨਾਲ ਲਿਆਂਦੀ ਓ ਸਾਡੀ ਚੰਗੀ ਪਤਾ ਕਿੰਨੇ ਚਿਰ ਦੀ ਯਾਰੀ ਸੀ ਤੇ ਮੈਂ ਉਹਨੂੰ ਕੀ ਕਿਹਾ ਮੈਨੂੰ ਕੀ ਪਤਾ ਉਹਨਾਂ ਦੇ ਕੀ ਆਪਸ ਵਿੱਚ ਗੱਲਬਾਤ ਹੋ ਗਈ ਆ ਕੱਲ ਨੂੰ ਆਪਾਂ ਕਾਲਜ ਜਾਣਾ ਇਹਨੇ ਉਧਰ ਨੂੰ ਮੂੰਹ ਕਰਕੇ ਤੁਰਨਾ ਮੈਂ ਦੂਜੇ ਪਾਸੇ ਨੂੰ ਕਰਕੇ ਤੇ ਸਾਰਿਆਂ ਸਾਡਾ ਬਣਾਉਣਾ ਮਜ਼ਾਕ ਵੀ ਇਹ ਤੇ ਪੈ ਗਿਆ ਫੱਟ ਬਸ ਤੇ ਮੈਂ ਕੀ ਕਿਹਾ ਵਾ ਵਿੱਚ ਮੈਂ ਥੋੜੀ ਫੱਟ ਪਾਇਆ ਵਾ ਹੁਣ ਮੈਂ ਤੇ ਹਟਾਉਣ ਨਹੀਂ ਮੈਂ ਤੇ ਉਹਨੂੰ ਵੀ ਕਿਹਾ ਸੀ ਮਨਪ੍ਰੀਤ ਨੂੰ ਕਿ ਤੁਹਾਡੀ ਗੱਲ ਕਰਕੇ ਜਾਏ ਉਹ ਅਗਲੀ ਉਹ ਚਲ ਗਈ ਆ ਪਰ ਮਨਪ੍ਰੀਤ ਨੂੰ ਤੇ ਨਹੀਂ ਨਾ ਇਦਾਂ ਚਾਹੀਦਾ ਖਿਲਾਰ ਕੇ ਕੀ ਪਤਾ ਕੀ ਕੁਛ ਸਿਖਾ ਲਿਆ ਵਾ ਤੇ ਵੀ ਇਹੋ ਜਿਹਾ ਲਾਈ ਲੱਗ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਹੈ ਮੈਂ ਆਪਣੀ ਕਾਪੀ ਲੈ ਕੇ ਤੇ ਮੈਂ ਵੀ ਚੱਲੀ ਹਾਂ ਨਿਬੇੜ ਲਿਓ ਆਪਸ ਵਿੱਚ ਗੱਲ ਹੁਣ ਆਹੋ ਕੇ ਹੁਣ ਛੱਡ ਕੇ ਤੂੰ ਵੀ ਮੈਨੂੰ ਚੱਲੀ ਆ ਮੈਂ ਕਦੋਂ ਚੱਲੀ ਮੈਂ ਤੁਹਾਨੂੰ ਨਾਲ ਲੈ ਕੇ ਚੱਲੀ ਚਲੋ ਤੁਰੋ ਚੱਲੀਏ ਐਵੇਂ ਇੱਥੇ ਲੜਾਈ ਹੋਣ ਡਈ ਅੱਜ ਤੁਰੋ ਵੀ ਚੱਲੀਏ ਕਿ ਮੈਨੂੰ ਤੇ ਆਪ ਤੁਰ ਕੇ ਜਾਣਾ ਪੈਣਾ ਮੋਟਰਸਾਈਕਲ ਤੇ ਲੈ ਗਿਆ ਹੁਣ ਆਏ ਤੇ ਕੋਈ ਗੱਲ ਨਹੀਂ ਤੁਸੀਂ ਉਹਨੂੰ ਫੋਨ ਕਰ ਲਓ ਐਡੀ ਵੀ ਕਿਤੇ ਕੋਈ ਲੜਾਈ ਨਹੀਂ ਹੋ ਗਈ ਆਹੋ ਫੋਨ ਕਰ ਲਓ ਇਹਨੂੰ ਹੀ ਕਰਨਾ ਵਾ ਤੇ ਫੋਨ ਕਰ ਲਓ ਗੱਲ ਠੰਡੀ ਪਾ ਲਓ ਹਾਂ ਐਡੀ ਵੀ ਕਿਤੇ ਵੱਡੀ ਨਹੀਂ ਗੱਲ ਹੋ ਗਈ ਠੰਡੀ ਕੀ ਕਿੱਡੀ ਗਰਮ ਹੋਈ ਆ ਠੰਡੀ ਠੰਡੀ ਆ ਕੋਈ ਗੱਲ ਨਹੀਂ ਚੱਲ ਆ ਪਰਾਂ ਇੱਧਰ ਨੂੰ ਆ ਇੱਧਰ ਨੂੰ ਮਨਪ੍ਰੀਤ ਹਾਂਜੀ ਵੀਰੇ ਮੈਂ ਤੈਨੂੰ ਕਹਿਣਾ ਸੀ ਇਹ ਸ਼ਦਾਈ ਦੀਆਂ ਗੱਲਾਂ ਦਾ ਗੁੱਸਾ ਨਾ ਕਰੀ ਕਿਤੇ ਉਹ ਮੈਂ ਕਿਹਾ ਇਹਦਾ ਦਿਮਾਗ ਵੀ ਇਹਦੇ ਮੂੰਹ ਵਰਗਾ ਹੀ ਆ ਜਿੱਦਾਂ ਦਾ ਗੰਦਾ ਦਿਮਾਗ ਉਦਾਂ ਦਾ ਉਹਨੇ ਸੋਚਣਾ ਵਾ ਹਾਂਜੀ ਜਿੱਦਾਂ ਦਾ ਇਨਸਾਨ ਆਪ ਹੁੰਦਾ ਨਾ ਉਦਾਂ ਦਾ ਹੀ ਸੋਚਦੇ ਇਹਨੂੰ ਕੀ ਪਤਾ ਭੈਣ ਭਰਾ ਦਾ ਰਿਸ਼ਤਾ ਕੀ ਹੁੰਦਾ ਜ਼ਰੂਰੀ ਨਹੀਂ ਖੂਨ ਦੇ ਰਿਸ਼ਤੇ ਭੈਣ ਭਰਾ ਹੁੰਦੇ ਆ ਹਾਂਜੀ ਤੇ ਨਾਲੇ ਪਤਾ ਨਹੀਂ ਤੇਰੇ 'ਚ ਕੀ ਇਹੋ ਜਿਹੀ ਗੱਲ ਆ ਵੀ ਤੂੰ ਮੈਨੂੰ ਭਰਾ ਗਿਆ ਤੇ ਮੇਰੇ ਕੋਲ ਇਹ ਕਿਹਾ ਹੀ ਨਹੀਂ ਗਿਆ ਵੀ ਮੈਨੂੰ ਭਰਾ ਨਾ ਕਹਿ ਮੈਂ ਵੀ ਐਵੇਂ ਹਾਰੀ ਸਾਰੀ ਨਹੀਂ ਕਿਸੇ ਨੂੰ ਭਰਾ ਕਹਿੰਦੀ ਤੁਹਾਨੂੰ ਵੇਖ ਕੇ ਹੀ ਫੀਲਿੰਗ ਆਈ ਭਰਾ ਵਾਲੀ ਤਾਂ ਹੀ ਮੈਂ ਕਹਿਤਾ ਤਾਂ ਹੀ ਤਾਂ ਮੈਨੂੰ ਉਹਦੇ ਨਾਲ ਲੜਾਈ ਕਰਨੀ ਪੈ ਗਈ ਤੇਰੇ ਕਰਕੇ ਹਾਂਜੀ ਇਹੋ ਜਿਹੇ ਯਾਰ ਨੂੰ ਕੀ ਕਹਿਣਾ ਇੰਨੀ ਗੰਦੀ ਸੋਚ ਵਾਲੇ ਦਿਨ ਸਹੀ ਗੱਲ ਆ ਛੱਡ ਤੂੰ ਵੀ ਇਹਦਾ ਛੜਾ ਛੱਡ ਕੁੜੀ ਦਾ ਅੱਜ ਇਹਨੇ ਇਦਾਂ ਕਿਹਾ ਵਾ ਹਨਾ ਹੁਣ ਆਪਾਂ ਇਦਾਂ ਖਲੋਤੇ ਹੁਣ ਦੂਜੇ ਬੰਦੇ ਨੂੰ ਥੋੜਾ ਪਤਾ ਵੀ ਆਪਣਾ ਕੀ ਰਿਸ਼ਤਾ ਵਾ ਕਿਸ ਨੇ ਕੀ ਥਿੰਕਿੰਗ ਆਪਣੇ ਮਨ ਚ ਬਣਾ ਲੈਣੀ ਉਹ ਕੋਈ ਪਤਾ ਨਹੀਂ ਆ ਇਹੋ ਗੱਲ ਤੇ ਮੈਂ ਤੈਨੂੰ ਅੱਗੇ ਕਹੀ ਇਹਨੂੰ ਵੀ ਕਹਿਨੀ ਆ ਵੀ ਸੁੱਖ ਕਿਸ ਨੂੰ ਨਹੀਂ ਪਤਾ ਹੁੰਦਾ ਵਾ ਵੀ ਆਪਣਾ ਕੀ ਰਿਸ਼ਤਾ ਵਾ ਜਾਂ ਕੀ ਨਹੀਂ ਆ
ਮੈਂ ਤੇ ਬਾਜ਼ਾਰ ਵਿੱਚ ਕਈ ਵਾਰੀ ਵੇਖਦੀ ਆ ਵੀ ਦੋ ਭੈਣ ਭਰਾ ਲੰਘਦੇ ਬਾਈਕ ਤੇ ਬਹਿ ਕੇ ਤੇ ਕਹਿ ਦਿੰਦੇ ਕਿੱਡੀ ਸੋਹਣੀ ਜੋੜੀ ਆ। ਉਹੀ ਲੋਕਾਂ ਦੀ ਤੇ ਨਜ਼ਰ ਹੀ ਗੰਦੀ ਹੋ ਗਈ ਆ। ਹਾਂਜੀ ਹਣਾ ਭੈਣ ਭਰਾ ਵੀ ਤੁਰੇ ਜਾਂਦੇ ਹੁਣ ਤੇ ਲੋਕੀ ਜੋੜੀ ਕਹਿ ਦਿੰਦੇ ਆ। ਸਹੀ ਗੱਲ ਆ। ਸਹੀ ਆ ਤੇ ਉਹੋ ਜੀ ਨਜ਼ਰ ਇਹਦੀ ਆ। ਇਹ ਵੀ ਉਸੇ ਦੁਨੀਆ 'ਚ ਹੀ ਆ। ਕਿਸੇ ਦਾ ਡੈਡੀ ਮੇਰੇ ਕਹਿੰਦੇ ਹੁੰਦੇ ਆ ਪੁੱਤ ਕਿਸੇ ਦਾ ਮੂੰਹ ਨਹੀਂ ਫੜਿਆ ਜਾਂਦਾ ਹੁੰਦਾ, ਆਪ ਹੀ ਸਹੀ ਰਹਿਣਾ ਪੈਂਦਾ ਵਾ। ਤਾਂ ਇਹਨੇ ਮੈਂ ਤੈਨੂੰ ਕਹਿਣ ਡਿਆ ਸੀ ਵੀ ਤੈਨੂੰ ਇੱਥੇ ਕਿਸੇ ਨੇ ਇਸ ਨਾਲ ਵੇਖ ਲਿਆ ਕੁੜੀ ਨਾਲ ਜਿੱਦਾਂ ਫੋਟੋਆਂ ਖਿਚਾਉਣ ਡਈ ਆ, ਮੰਨ ਲਾ ਤੇਰਾ ਡੈਡੀ ਆ ਜੇ ਕਿਤੇ ਅਚਾਨਕ, ਹਾਂਜੀ ਉਹਨੇ ਵੇਖ ਲਏ ਤੇ ਤੂੰ ਉਹਨੂੰ ਕੀ ਜਵਾਬ ਦੇਂਗੀ? ਕੁਛ ਵੀ ਨਹੀਂ ਜਵਾਬ ਦੇਣ ਜੋਗਾ, ਕੋਈ ਰਹਿੰਦਾ ਨਹੀਂ ਨਾ ਹੀ ਕੋਈ ਸੁਣਦਾ ਹੀ ਹੈ ਜਵਾਬ ਫਿਰ। ਆਹੋ ਤੇ ਕੋਈ ਨਹੀਂ, ਬਾਕੀ ਤੂੰ ਇਹਦੀਆਂ ਗੱਲਾਂ ਦਾ ਗੁੱਸਾ ਨਾ ਕਰੀ, ਠੀਕ ਆ? ਹਾਂਜੀ ਠੀਕ ਜੀ। ਤੇ ਕੋਈ ਨਹੀਂ, ਤੁਸੀਂ ਮੇਰੇ ਕਰਕੇ ਨਾ ਇਹਦੇ ਨਾਲ ਲੜਿਓ, ਤੁਹਾਡੀ ਜਾਰੀ ਦੋਸਤੀ ਆ, ਐਵੇਂ ਫਿਰ ਕਹੂਗਾ ਵੀ ਇਹਦੇ ਕਰਕੇ ਤੇ ਮੈਂ ਸਾਡੀ ਜਾਰੀ ਦੋਸਤੀ 'ਚ ਫਰਕ ਪਿਆ ਵਾ। ਉਹ ਨਹੀਂ, ਲੜਨ ਨੂੰ ਵੀ ਕੋਈ ਬੰਦਾ ਚੰਗਾ ਚਾਹੀਦਾ ਕਿ ਲੜਨ ਨੂੰ ਇਹਨੂੰ ਮੈਂ ਨਾਲ ਲਵਾਉਣਾ ਵਾ ਲੜਕੇ ਇਹਦੇ ਨਾਲ। ਹਾਂਜੀ ਉਹ ਤੇ ਹੈ। ਆਹੋ ਲੜਨਾ ਇਹਦੇ ਨਾਲ ਕੀ ਹੈ ਮੈਂ? ਉਦੋਂ ਮੈਂ ਤੁਹਾਡੇ ਵਰਗਾ ਮਜ਼ਾਕੀ ਬੰਦਾ ਨਹੀਂ ਵੇਖਿਆ ਕੋਈ। ਉਹ ਆਪਣੀ ਜ਼ਿੰਦਗੀ ਇਦਾਂ ਦੀ ਆ, ਬਸ ਚਿੱਲ ਕਰੀਦਾ। ਹਾਂਜੀ ਤਾਂ ਹੀ ਤੇ ਉਸੇ ਕੋਲ 'ਚ ਚੜੇ ਅੱਜ ਤੱਕ, ਹਸੀਦਾ ਖੇਡੀ ਦਾ ਨਜ਼ਾਰੇ ਲਈਦੇ ਆ, ਪਤਾ ਨਹੀਂ ਸਾਹ ਅਗਲਾ ਆਉਣਾ ਕਿ ਨਹੀਂ ਆਉਣਾ। ਘਰ ਦੇ ਫੀਸਾਂ ਦੇ ਦਿੰਦੇ ਤੁਹਾਨੂੰ? ਘਰਦਿਆਂ ਦੀ ਗੱਲ ਸੁਣ ਲਾ, ਇੱਥੇ ਇੱਕ ਬਰਗਰ ਵਾਲਾ ਰੇਹੜੀ ਲਾਉਂਦਾ ਹੁੰਦਾ ਸੀ ਕਾਲਜ ਗਾੜੀ। ਹਾਂਜੀ ਤੇ ਮੈਂ ਜਦੋਂ ਦਾ ਕਾਲਜ ਆਉਣ ਲੱਗਾ ਉਹਦੇ ਕੋਲ ਬਰਗਰ ਖਾਣੇ ਹੀ ਖਾਣੇ ਮੈਂ। ਅੱਛਾ। ਦੋ ਤਿੰਨ ਤੇ ਪੱਕੇ ਹੁੰਦੇ ਤੇ ਉਹਦੇ ਬਰਗਰਾਂ ਦੇ ਚੱਕਰ 'ਚ ਹੀ ਨਾ ਸਾਡੀ ਥੋੜੀ ਬਹੁਤੀ ਪੈੜੀ ਵਿਕ ਗਈ ਆ। ਉਹ ਬਰਗਰ ਵਾਲੇ ਨੇ ਹੁਣ ਉੱਥੇ ਹੋਟਲ ਖੋਲਿਆ ਸੀ ਵੱਡਾ। ਅੱਛਾ। ਤੇ ਆਪਾਂ ਉਸੇ ਕਾਲਜ 'ਚ ਆ ਤੇ ਬਾਪੂ ਹਣੀ ਵਿਚਾਰੀ ਵਿਚਾਰੇ ਕਈਆਂ ਚਲਾਈ ਜਾਂਦੇ ਨੇ ਪਿੰਡ, ਫੀਸ ਜੋ ਕੇ ਫਿਰ ਵੀ ਕਰ ਲੈਂਦੇ ਆ। ਮੈਨੂੰ ਨੀ ਕਦੇ ਡੱਕਿਆ ਦਾ। ਸਾਡੀ ਫੈਮਿਲੀ ਚਿਹਰੇ ਵੇਖ ਕੇ ਚਿਹਰੇ ਖੇਲ ਜਾਂਦੇ ਆ, ਇਹਦੇ ਵਰਗਾ ਥੋੜੀ ਜਿਹਾ ਵੇਖ ਕੇ ਛੱਡ ਜੇ। ਇਹਦੇ ਵੱਲ ਤੇ ਵੇਖ ਲੋ ਤੇ ਆਪਣਾ ਚਿਹਰਾ ਛੱਡ ਜਾਂਦਾ। ਵਿਆਹ ਵੀ ਕਰਾਉਣ ਦੀ ਕਦੋਂ ਸੋਚੀ? ਜਦੋਂ ਕਾਲਜ ਛੁੱਟ ਗਿਆ। ਅੱਛਾ ਠੀਕ ਆ। ਨਹੀਂ ਤੇ ਲੋਕਾਂ ਨੇ ਕਹੀ ਜਾਣਾ ਮੁੰਡਾ ਨਿਆਣਾ ਹੀ ਆ ਜੀ। ਉਹ ਨਹੀਂ, ਜਿੱਦਾਂ ਕਾਲਜ ਪੱਕਾ ਕਰਦੇ ਇਦਾਂ ਕਿਤੇ ਵਿਆਹ ਵੀ ਪੱਕਾ ਪੁੱਕਾ ਕਰਕੇ ਫੇਰ ਹੀ ਕਰਾਂਗੇ। ਆਹੋ ਠੀਕ ਆ। ਆਹੋ ਬੁਲਾਇਓ ਜ਼ਰੂਰ ਮੈਨੂੰ। ਹਾਂ ਜ਼ਰੂਰ ਜ਼ਰੂਰ ਕੇ। ਹਾਂਜੀ ਠੀਕ ਜੀ। ਇੱਥੇ ਰੌਣਕ ਬੜੀ ਲੱਗੀ ਆ ਤੇ ਇੱਥੇ ਮੇਲਾ ਲੱਗਾ। ਯਾਰ ਇੱਥੇ ਤਾਂ ਗਰਮੀ ਬੜੀ ਹੋ ਗਈ ਆ, ਡਲੋਜੀ ਚੱਲੀਏ ਸ਼ਿਮਲੇ ਚੱਲੀਏ? ਡਲੋਜੀ ਚੱਲਦੇ ਆ। ਆ ਡਲੋਜੀ ਠੰਡਾ ਆ, ਠੰਡਾ ਪਹਾੜਾਂ ਚੱਲਦੇ ਆ। ਉਹ ਜੀ ਫਿਰ ਤਿਆਰ ਆ? ਮੈਂ ਤਿਆਰ ਆ ਯਾਰ। ਚਲੋ ਕੋਈ ਗੱਲ ਨਹੀਂ, ਚੱਲ ਜਾਂਦੇ ਆ। ਬਣਾ ਲਿਓ ਬਾਈ, ਖਰਚੇ ਖੁਚੇ ਦਾ ਦੇ ਲਓ। ਚੱਲ ਯਾਰ, ਖਰਚੇ ਤੋਂ ਰੋਈ ਜਾ। ਉਹ ਜੀ ਛੁੱਟੀ ਆ, ਉਹਦੇ ਜੇ ਮਦਨ ਮਨਾਉਣਾ। ਹਾਂ ਜੀ ਬਈ, ਨਾਲੇ ਮੰਨੇ ਭਾਣੋਂ ਲੈ ਜਾਂਦੇ ਨਾਲ। ਹਾਂ ਆ ਗਿਆ ਮੰਨਾ ਭਾ, ਇਹਨੂੰ ਪੁੱਛ ਲੈਂਦੇ। ਦੋਵੇਂ ਵੱਡੇ ਤੁਹਾਡੇ ਸਿਰ ਤੇ, ਸਾਨੂੰ ਖਰਚੇ ਦਾ ਕਾਹਦਾ। ਪਾਣੀ ਬੰਦ ਜਣੀ ਆਪਣੀ ਬੱਤੀ ਬੰਦ ਹੋ ਗਈ, ਮੈਂ ਭਰਨਾ ਹੈ। ਠੰਡਾ ਮੌਸਮ, ਹਫਤਾ ਖੰਡ ਰਹਿ ਗਏ ਹੁੰਦੇ ਆ, ਜਿੱਥੇ ਬਰਫ਼ ਪੈਂਦੀ ਉੱਥੇ ਜਾਂਦੇ ਫਿਰ। ਚਲੋ ਚੱਲ ਜਾਂਗੇ, ਜਿੱਥੇ ਕਹੋ ਚੱਲ ਜਾਂਗੇ। ਗੋਲੇ ਗੋਲੇ ਮਾਰ ਕੇ ਆਵਾਂਗੇ। ਹਾਂ ਗੋਲੇ ਗੋਲੇ ਮਾਰ ਕੇ ਆਵਾਂਗੇ, ਭਰਾ ਨੂੰ ਬਣਾ ਲਈ ਮਾਤਾ ਨੂੰ ਕਹਿ ਦੇਣਾ ਇੱਕ ਵਾਰ। ਚੱਲ ਬੱਤੀ ਬੰਦ ਹੀ, ਮੈਂ ਭਰਨਾ, ਮੈਂ ਵੀਰ ਨੂੰ ਭਰਨਾ। ਚੱਲ ਤੂੰ ਆ ਜਾ, ਇਹਨੂੰ ਛੱਡ ਜਾ, ਇੱਥੇ ਨਾ ਭਰ ਦਿੰਨੇ ਇਹ। ਮੈਂ ਆ ਗਿਆ ਸੀ, ਭਰ ਲਿਓ ਨਿਓ। ਮੈਂ ਦੱਸਦਾ ਹੁਣੇ ਸਲਾਹ ਕਰਕੇ ਵੀਰ ਨੂੰ। ਪ੍ਰੋਗਰਾਮ ਬਣਾਓ ਫਿਰ ਕੱਲ ਸ਼ਾਮ ਨੂੰ ਨਿਕਲੀਏ। ਚਲੋ ਕੱਦੂ ਕਰਾ ਦਾਂਗੇ ਅਸੀਂ ਆ ਕੇ ਨਾਲ। ਭਰ ਲਿਓ ਨੇ ਹੁੰਦੇ ਵੇਲੇ, ਭਰ ਲਿਓ ਨੇ ਕੰਪਰੇ।
ਓਕੇ ਓਕੇ ਚਲੋ ਠੀਕ ਆ ਮੈਨੂੰ ਤਾਂ ਲੱਗਦਾ ਮੰਨੂ ਇਹ ਨਹੀਂ ਨਹੀਂ ਇਹਨੂੰ ਪੰਪ ਬੜਾ ਵੱਡਾ ਮਾਰਿਆ ਇਹਨੇ ਮੰਨ ਜਾਣਾ ਵਾ ਮਨਾ ਲੈਣਾ ਇਹਨੇ ਇਹ ਆਪਣੇ ਦੇ ਕੰਮ ਕਰਨ ਵਾਲਾ ਇੱਕ ਹੀ ਬਾਈ ਆ ਤੇ ਇਹਦੀ ਨਾ ਮੰਨੀ ਤਾਂ ਫੇਰ ਕੀ ਨਹੀਂ ਮੰਨੀ ਯਾਰ ਉਹ ਇਹਦੀ ਚੱਲਦੀ ਨਹੀਂ ਘਰੇ ਚੱਲਦੀ ਤਾਂ ਆਪਣੀ ਨਹੀਂ ਹੈਗੀ ਇੱਥੇ ਬੈਠੇ ਵਾ ਇੱਧਰ ਜੋ ਵੀ ਜੀ ਨਾ ਬੈਠੇ ਹੁੰਦੇ ਇਹ ਆਪਾਂ ਕਿਹੜਾ ਦੱਸ ਕੇ ਜਾਣਾ ਘਰੇ ਸਿੱਧਾ ਹੀ ਲੰਘ ਜਾਣਾ ਬਾਈ ਜੀ ਮਨਾ ਲੈਣਾ ਵਾ ਚਲੋ ਤੇਰਾ ਲੈਡ ਲੂਡ ਤਾਂ ਨਹੀਂ ਜੇ ਬਾਅਦ ਚ ਭਰ ਲਾਂਗੇ ਚਲੀਏ ਫਿਰ ਚਲੋ ਚਲੋ ਆ ਕੇ ਉਹ ਹੀ ਕੱਪੜੇ ਪਾਏ ਆ ਹੋਰ ਬਦਲੇ ਨਹੀਂ ਤੂੰ ਮੰਮੀ ਨੇ ਕਿਹਾ ਇਹੀ ਪਾਲਾ ਸਵੇਰੇ ਪਾਏ ਹੋਏ ਨਾ ਕਿ ਮੈਂ ਆਹੋ ਉਹਦਾ ਪਾਏ ਤੇ ਸਵੇਰੇ ਹੀਗੇ ਹੋਰ ਕਿੱਦਾਂ ਟੈਸਟ ਠੀਕ ਹੋਇਆ ਸੀ ਟੈਸਟ ਕੀ ਹੋਣਾ ਸੀ ਸਾਰੀ ਨਹੀਂ ਆਇਆ ਅੱਜ ਸਾਡਾ ਲੈ ਲਾ ਉਹਨੂੰ ਕਹਿਣਾ ਸੀਗਾ ਭੈਣ ਮੇਰੀ ਨੇ ਰਾਤ ਵੀ ਪੜਾਇਆ ਸਵੇਰੇ ਵੀ ਉੱਠ ਕੇ ਪੜਾਇਆ ਤੇ ਲੈ ਲਓ ਜੀ ਮੈਂ ਕਿਹਾ ਅੱਜ ਨੰਬਰ ਪੂਰਾ ਜਿੱਦਣ ਪੜਿਆ ਹੁੰਦਾ ਮੈਂ ਆਹੋ ਚੰਗਾ ਕੰਮ ਹੋਇਆ ਜੀ ਅੱਜ ਬੜੀ ਗਰਮੀ ਸੀਗੀ ਮੰਮੀ ਕਹਿੰਦੇ ਪੜਿਆ ਵੀ ਹੈਗਾ ਕੋ ਪੜ੍ਹਨ ਕੇ ਤੇ ਆਈ ਆ ਆਹੋ ਉਹ ਹੀ ਮੈਂ ਚੱਲ ਪੁੱਛਣ ਦਾ ਫਰਜ਼ ਬਣਦਾ ਹੀ ਆ ਸਾਡਾ ਹੋਰ ਹੋਰ ਵਧੀਆ ਚੜ੍ਹਦੀ ਕਲਾਈ ਵੀ ਠੀਕ ਠਾਕ ਆ ਹੁਣ ਤੂੰ ਤੇ ਸੁਣਾ ਰੋਟੀ ਪਾਣੀ ਖਾਣਾ ਚਾਹ ਪੀਣੀ ਕੀ ਖਾਣਾ ਨਹੀਂ ਰੋਟੀ ਨਹੀਂ ਮੈਂ ਖਾਣੀ ਹਾਂ ਤੇ ਅੱਜ ਇੱਕ ਦੱਸਾਂ ਤੈਨੂੰ ਅੱਜ ਨਾ ਮੈਨੇ ਇੱਕ ਵੀਰ ਟੱਕਰਿਆ ਉਹਨੂੰ ਫਿਰ ਮੈਂ ਵੀਰ ਬਣਾ ਲਿਆ ਕੀ ਗੱਲ ਮੈਂ ਨਹੀਂ ਹੈਗਾ ਹੋਰ ਵੀਰ ਬਣਾਈ ਜਾਨੀ ਪੜ੍ਹ ਜਾਨੀ ਕਿ ਤੇ ਵੀਰ ਬਣਾਉਣ ਜਾਨੀ ਆ ਲੈ ਮੰਮੀ ਸਹੀ ਗੱਲ ਵਾ ਤੂੰ ਵੀਰ ਬਣਾਉਣ ਡੈ ਪਈ ਆ ਮੈਨੂੰ ਦੱਸ ਕਿਹੜਾ ਵੀਰ ਬਣਾ ਲਿਆ ਲੈ ਨਿਕਾ ਜਾਓ ਕਿ ਹੁਣੇ ਨੌਕਾ ਟੋਕੀਆਂ ਕਰਦਾ ਵਾ ਮੇਰੇ ਤੇ ਨਿੱਕਾ ਨਹੀਂਗਾ ਅਗਲ ਵੱਡੀ ਹੋਣੀ ਚਾਹੀਦੀ ਆ ਨਿੱਕੇ ਵੱਡੇ ਦੀ ਗੱਲ ਨਹੀਂ ਹੁੰਦੀ ਅਗਲ ਦੀ ਗੱਲ ਹੁੰਦੀ ਆ ਕਿਹੜਾ ਤੇਰੀ ਮਾਸੀ ਭੂਆ ਦਾ ਪੁੱਤ ਟੱਕਰਿਆ ਦੱਸ ਮੈਨੂੰ ਮਾਸੀ ਭੂਆ ਦਾ ਥੋੜਾ ਹੈਗਾ ਉਹ ਵੀ ਕਾਲਜ ਵਿੱਚ ਹੀ ਪੜਦਾ ਵਾ ਤੇ ਉਹ ਨਾ ਬੜਾ ਮਤਲਬ ਵਧੀਆ ਜਿਹਾ ਫਨੀ ਜੇ ਨੇਚਰ ਦਾ ਗੁੱਜੋ ਤਾਂ ਇੰਨੇ ਹਾਸੇ ਪਾਉਂਦਾ ਇੰਨੀਆਂ ਉਹਦੇ ਹਾਸੇ ਹੁੰਦੇ ਨਾ ਗੱਲਾਂ ਤੋਂ ਫਿਰ ਮੈਂ ਉਹਨੂੰ ਕਿਹਾ ਮੈਂ ਹੈ ਤੇ ਮੈਂ ਮੇਰਾ ਵੀ ਵੀਰ ਮਤਲਬ ਉਹਨੂੰ ਮੈਂ ਕਿਹਾ ਕੋਈ ਕੰਮ ਪੈ ਗਿਆ ਕਿੱਦਾਂ ਹੁਣ ਦੱਸਾਂ ਇੱਦਾਂ ਹੀ ਖਲੋਤਾ ਸੀਗਾ ਤੇ ਕੰਮ ਪੈ ਗਿਆ ਤੇ ਮੈਂ ਉਹਨੂੰ ਏਦਾਂ ਕਹਿ ਦਿੱਤਾ ਮੈਂ ਕਿਹਾ ਵੀਰੇ ਤੇ ਕਹਿੰਦਾ ਉੱਦਾਂ ਨਹੀਂ ਮੈਂ ਕਿਸੇ ਕੋ ਵੀ ਖਵਾਉਂਦਾ ਹੁੰਦਾ ਹੁਣ ਜੇ ਤੂੰ ਕਹਿ ਦਿੱਤਾ ਵਾ ਨਾ ਹੁਣ ਤੂੰ ਫਿਰ ਮੇਰੀ ਭੈਣ ਏਦਾਂ ਹੀ ਕਰਦੇ ਹੁੰਦੇ ਆ ਕੱਲ ਦੇ ਛੋਕਰੇ ਜਿਹੜੇ ਜਿੰਮੇ ਕਾਲਜਾਂ ਚ ਪੜ੍ਹਦੇ ਮੈਂ ਉਦੋਂ ਗਿਆ ਮੈਂ ਕਿਹਾ ਕੁੜੀਆਂ ਵਾਲੇ ਕਾਲਜ ਵਿੱਚ ਦਾਖਲਾ ਲੈ ਲਾ ਉਦੋਂ ਗਾੜੀ ਗਾੜੀ ਨਹੀਂ ਨਹੀਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਲੈ ਕੀ ਹੁੰਦਾ ਵਾ ਹੁਣ ਗੁਜੋਨਾ ਵੀ ਕਿੰਨੀਆਂ ਕੁੜੀਆਂ ਪੜ੍ਹਦੀਆਂ ਉਹ ਤਾਂ ਜੇ ਛੋਟਾ ਵਾ ਕੁੜੀਆਂ ਵੀ ਛੋਟੀਆਂ ਹੋਣਗੀਆਂ ਤੂੰ ਵੱਡਿਆ ਕਾਲਜਾਂ ਚ ਦਾਖਲਾ ਲੈ ਲੈ ਕੇ ਅੱਜ ਤੂੰ ਇੱਕ ਨੂੰ ਵੀਰ ਆਖਿਆ ਪੜ੍ਹ ਕੇ ਹੋਰ ਵੀਰ ਤੂੰ ਤੇ ਵੀਰਾਂ ਦੀਆਂ ਲੈਣਾ ਲਾ ਲੇਗੀ ਜਿਹੜੇ ਚਾਚਿਆਂ ਤਾਇਆਂ ਦੇ ਪੁੱਤ ਭਰਾ ਵਾ ਕੀ ਗੱਲ ਹੈ ਮਾੜੇ ਆ ਜੇ ਮੈਂ ਘਰ ਆ ਕੇ ਗੱਲਾਂ ਦੱਸ ਦਿੰਨੀ ਆ ਫਿਰ ਮੇਰੇ ਦੁਆਲੇ ਹੋ ਜਾਂਦੇ ਆ ਫਿਰ ਸਾਨੂੰ ਨਾ ਗੱਲਾਂ ਦੱਸਿਆ ਕਰ ਸਾਨੂੰ ਕੋਈ ਜੱਜ ਦੀ ਪੜਾਈ ਦੀ ਗੱਲ ਦੱਸਿਆ ਕਰ ਜੇ ਦੱਸਣੀ ਹੁੰਦੀ ਆਣ ਕੇ ਦੇ ਕੋਠੇ ਜਿੱਡੀ ਹੁਣ ਤੂੰ ਹੋ ਗਈ ਹੁਣ ਇਦਾਂ ਦੀਆਂ ਗੱਲਾਂ ਕਰਦੀ ਚੰਗੀ ਲੱਗਦੀ ਆ ਪੜਾਈ ਦੀ ਸਮਝ ਆਉਣੀ ਆ ਕੋ ਤੁਹਾਨੂੰ ਸਾਨੂੰ ਸਾਰੀ ਸਮਝ ਆਉਂਦੀ ਆ ਪੜੇ ਨੀਗੇ ਤੇ ਜਿੱਦਾਂ ਉਹਨਾਂ ਦੇ ਘੋੜੀ ਚੜੇ ਨੇ ਚੜਦੇ ਤੇ ਵੇਖੇ ਆ ਨਾ ਜੇ ਅਸੀਂ ਜ਼ਿਆਦਾ ਪੜੇ ਨੀ ਨਾ ਸਾਨੂੰ ਪਤਾ ਨਿਆਣੇ ਕਿੱਦਾਂ ਪੜ੍ਹਦੇ ਕਿੱਦਾਂ ਪੇਪਰ ਦਿੰਦੇ ਆ ਲਾਗੇ ਚਾਚਾ ਤਾਇਆਂ ਦੀਆਂ ਕੁੜੀਆਂ ਹੈਗੀਆਂ ਨਾ ਕਿੱਦਾਂ ਗੱਲਾਂ ਕਰਦੀਆਂ ਆਣ ਕੇ ਤੂੰ ਵੀਰ ਹੀ ਬਣਾ ਕੇ ਆ ਜਾਂਦੀ ਜਿੱਥੇ ਜਾਂਦੀ ਉੱਥੇ ਹੀ ਵੀਰਾਂ ਦਾ ਘਾਟਾ ਵਾ ਜੇ ਸਾਨੂੰ ਰੱਬ ਨੇ ਪਿਛਲੀ ਉਮਰੇ ਦਿੱਤਾ ਵਾ ਤੇ ਇਹ ਵੀਰ ਹੀ ਆ ਆਪੇ ਵੱਡਾ ਹੋਊਗਾ ਸਭ ਕੁਝ ਹੋਊਗਾ ਤੇ ਹੋਰ ਉਹ ਤੇ ਮੇਰਾ ਵੀਰ ਹੀ ਆ ਗਾਂ ਤੋਂ ਨਹੀਂ ਇਦਾਂ ਦਾ ਕੰਮ ਕਰਨਾ ਸੁਣ ਗਿਆ
ਮੈਂ ਕਿਹੜਾ ਕੋਈ ਗਲਤ ਕੰਮ ਕਰਕੇ ਆਈ, ਤੁਸੀਂ ਜਾਊਂ ਕਰ ਦੇ ਟੱਕਰ ਗਿਆ ਸਿਆਣੀ ਬਹੁਤ ਵਾ ਤੇਰੀ ਭੈਣ, ਚੰਗਾ ਤੂੰ ਨਾ ਕੁਛ ਵੀ ਆਖੀ, ਮੈਂ ਆਪੇ ਕਿਹਾ ਕਰੂੰਗੀ ਇਹਨੂੰ ਜੋ ਕਹਿਣਾ ਮੈਂ, ਚੰਗਾ ਆਹੋ ਠੀਕ ਆ, ਮੇਰੇ ਕੋਲ ਪੈ ਜਾ ਲੰਮਾ, ਤੂੰ ਰੈਸਟ ਕਰ ਲਾ, ਮੈਂ ਦਿਮਾਗ ਨੂੰ ਰੋਟੀ ਰਾਟੀ। ਡੈਡੀ ਜੀ ਅਥਰੂ ਕਿਉਂ ਆਏ ਜੇ?